ਅੱਜ ਕਿਸੇ ਨਾਲ ਹੱਸ ਕੇ ਬੋਲ ਲਵੋ ਨਾ ਦੋ ਵਾਰੀ, ਤੀਜੇ ਦਿਨ ਪੈਸੇ ਮੰਗ ਲੈਂਦੇ। ਭਾਅ ਜੀ ਤੁਹਾਡੇ ਨਾਲ ਕੰਮ ਸੀ ਇੱਕ ਨਿੱਕਾ ਜਿਹਾ, ਥੋੜ੍ਹੇ ਜਿਹੇ ਪੈਸੇ ਚਾਹੀਦੇ ਸਨ। ਉਹ ਇੱਜ਼ਤ ਤੇ ਨਫਸ ਹੁੰਦੀ ਹੈ ਯਾਰ, ਇੱਕ ਖੁਦਦਾਰੀ ਹੁੰਦੀ ਹੈ ਆਪਣੇ ਵਿੱਚ, ਚੀਜ਼ ਪੈਦਾ ਕਰੋ, ਹਕੀਕਤ ਬਾਅਦ ਦੇ ਲਵੋ ਤੇ ਨਾਰਾਜ਼ ਹੋ, ਮੇਰਾ ਮਤਲਬ ਗੈਬ ਹੋ ਜਾਂਦਾ, ਨਾ ਦੇਵੋ ਤੇ ਨਾਰਾਜ਼ ਹੋ ਜਾਂਦਾ। ਤੁਸੀਂ ਸੁਣਿਆ ਨਹੀਂ ਉਧਾਰ ਇੱਕ ਜਾਦੂ ਹੈ, ਜਾਲੀ ਲੈਂਦਾ ਉਹ ਗੈਬ ਹੋ ਜਾਂਦਾ, ਤੇ ਉਧਾਰ ਦੇਣ ਵਾਲਿਆਂ ਕੋਲ ਵੀ ਅਲਾਦੀਨ ਦਾ ਚਿਰਾਗ, ਉਹ ਵੀ ਫਿਰ ਹਾਜ਼ਰ ਕਰ ਲੈਂਦੇ ਹੁੰਦੇ ਨੇ, ਜਿਹੜਾ ਦੇਣਾ ਜਾਣਦੇ ਨੇ ਉਹ ਲੈ ਵੀ ਜਾਣਦੇ ਨੇ। ਉਂਜ ਇਹ ਮੰਗਣ ਵਾਲੀ ਆਦਤ ਨਾਲ ਉਹਨਾਂ, ਹੱਥ ਫਲਾਉਣ ਵਾਲੀ ਆਦਤ ਨਾਲ, ਹੱਥ ਭੰਨ ਕੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਖਾਣ ਦਾ ਵੀ ਆਪਣਾ ਹੀ ਸਵਾਦ ਹੈ। ਲੇਕਿਨ ਜਿਹਨਾਂ ਨੂੰ ਗੱਲਾਂ ਦਾ ਖੱਟਿਆ ਖਾਣ ਦੀ ਆਦਤ ਬਣ ਜੇ, ਜਿਹਨਾਂ ਨੂੰ ਮੰਗ ਕੇ ਖਾਣ ਦੀ ਆਦਤ ਬਣ ਜੇ, ਉਹ ਕਰਕੇ ਕਿਵੇਂ ਖਾਣ? ਮੈਂ ਆਪਣੀ ਗੱਲ ਸੁਣਾਉਣਾ, ਮੈਂ ਕੱਪੜੇ ਦਾ ਕੰਮ ਕਰਦਾ ਹੁੰਦਾ ਸੀ ਇੱਕ ਵਕਤ, ਸੀ ਵਾਹਵਾ ਦੇਰ ਪਹਿਲਾਂ, ਅਤੇ ਪਤਾ ਜੀ ਫਿਰ ਉਹ ਮਤਲਬ ਉਹ ਅਜੇ ਬਾਜ਼ਾਰ ਲੱਗਦੇ ਹੁੰਦੇ ਨੇ, ਕਾਫੀ ਦੇਰ ਪਹਿਲੇ ਦੀ ਗੱਲ ਹੈ, ਅਤੇ ਮੈਨੂੰ ਇੱਕ ਬੰਦਾ ਨਾ ਗੱਲ ਸੁਣਾਉਣ ਲੱਗਾ, ਇੱਕ ਬਾਜ਼ਾਰ ਦੇ ਵਿੱਚ ਖਲੋਤੇ, ਮੈਨੂੰ ਉਹਦਾ ਘੁੰਮਣ ਸਾਹਿਬ ਤੁਹਾਨੂੰ ਇਹ ਕੰਮ ਜੇਬ ਨਹੀਂ ਦਿੰਦਾ, ਤੁਹਾਡੀ ਪਰਸਨੈਲਿਟੀ ਤੇ ਨਾ ਮੈਚ ਨਹੀਂ ਕਰਦਾ, ਸੂਟ ਨਹੀਂ ਕਰਦਾ ਤੁਹਾਨੂੰ। ਮੈਂ ਕਿਹਾ ਠੀਕ ਹੈ, ਅਜੇ ਉਹ ਗੱਲ ਨਾ ਕਰਦਾ ਪਿਆ ਮੈਨੂੰ ਮੇਰੇ ਉਹ ਕੰਮ ਦੇ ਬਾਰੇ ਨਾ, ਮੈਨੂੰ ਉਕਸਾਉਂਦਾ ਪਿਆ, ਜਿਹੜੇ ਆਹ ਭਾਡਰ ਰਾਮ ਹੁੰਦੇ ਨੇ ਜਿਹਨਾਂ ਆਪ ਹੀ ਕੁਝ ਨਹੀਂ ਕਰਨਾ ਹੁੰਦਾ, ਉਹ ਆਉਂਦੇ ਨੇ ਨਾ ਆਪ ਖੇਡਾਂਗੇ ਨਾ ਤੈਨੂੰ ਖੇਡਣ ਦਿਆਂਗੇ, ਨਾ ਆਪ ਅਸਾਂ ਕੁਝ ਕਰਨਾ ਨਾ ਤੈਨੂੰ ਕੁਝ ਕਰਨ ਦਿਆਂਗੇ, ਵਿਹਲੇ ਚ ਹੁੰਦੇ ਨੇ। ਉਹਨੇ ਆਖਿਆ ਸਹੁਰਿਆਂ ਜੋਗੀ ਨਾ ਮਾਪਿਆਂ ਜੋਗੀ, ਵਿਹਲੀ ਰੰਨ ਸਿਆਪਿਆਂ ਜੋਗੀ, ਉਹ ਵਿਹਲੀਆਂ ਰੰਨਾਂ ਨਿਰੀਆਂ ਸਿਆਪਿਆਂ ਜੋਗੀਆਂ ਹੁੰਦੀਆਂ, ਉਹ ਮੈਨੂੰ ਆਪਣੇ ਨੂੰ ਡੀਲ ਪਿਆ ਕਰੇ, ਮੈਨੂੰ ਡੀਲ ਪਿਆ ਕਰੇ, ਇਹ ਘੁੰਮਣ ਸਾਹਿਬ ਤੁਹਾਡੀ ਪਰਸਨੈਲਿਟੀ ਦੇ ਨਾਲ ਸੂਟ ਨਹੀਂ ਕਰਦਾ ਇਹ ਕੰਮ ਕੱਪੜੇ ਵਾਲਾ। ਮੈਂ ਚਲੋ ਠੀਕ ਹੈ ਜੀ, ਮੈਂ ਗੱਲਬਾਤ ਉਹਦੀ ਸੁਣਾ ਪਿਆ। ਉਹਦੇ ਕੋਲ ਨਾ ਇੱਕ ਦੋਸਤ ਗੁਜ਼ਰਿਆ, ਉਹਨਾਂ ਦਾ ਸਿਗਰਟ ਲਵਾਈ ਯਾਰ, ਅੱਜ ਮੈਂ ਰਾਹ ਜਾਂਦੇ ਪਤਾ ਸੱਜਣ ਸੱਜਣ ਕੋਲ ਮੰਗ ਜਾਂਦਾ ਸਿਗਰਟ ਲਵਾਈ ਯਾਰ, ਉਹ ਆਉਂਦਾ ਸਿਗਰਟ ਲਵਾਈ, ਉਹ ਆਉਂਦਾ ਮਰ ਦਫ਼ਾ ਵੀ ਹੋ ਕੇ ਤੇ ਪੱਲੀਓ ਵੀ ਲੈ ਕੇ ਪੀ ਲਿਆ ਕਰ, ਹਰ ਵੇਲੇ ਮੰਗਣ ਤੇ ਆਦਤ ਅੱਡਾ ਰੱਖਿਆ, ਉਹ ਇਹਨੂੰ ਆਉਂਦਾ ਪਿਆ, ਤੇ ਇਹ ਨਾ ਕੋਈ ਸ਼ਰਮਿੰਦਾ ਹੋ ਗਿਆ, ਆਉਂਦਾ ਮਰ ਪਿਆ ਵੀ ਉਹਨਾਂ ਫੜਾ ਵੀ ਸਿਗਰਟ, ਉਹਨੇ ਹੱਸਦੇ ਹੱਸਦੇ ਨਾ ਡੱਬੀ ਖੋਲੀ, ਨਾਲੇ ਇੱਕ ਸਿਗਰਟ ਇਹਨੂੰ ਦਿੱਤਾ, ਨਾਲ ਉਹਨੇ ਇੱਕ ਆਪ ਸਿਗਰਟ ਲਾਇਆ, ਇਹਨੇ ਢੀਠਾਂ ਨੂੰ ਫੜ ਲਿਆ ਤੇ ਸਿਗਰਟ ਪੀਣ ਲੱਗ ਪਿਆ। ਮੈਂ ਉਹਨੂੰ ਲਫ਼ਜ਼ ਨਹੀਂ ਬੋਲਣੇ, ਚਵਲਾਂਗੂ ਕਹਿ ਲਓ, ਬਗੈਰ ਤਾਂ ਆਂਗੂ ਨਾ, ਸਿਗਰਟ ਫੜ ਲਿਆ ਉਹ ਤੇ ਨਾਲ ਪੀਣ ਲੱਗ ਪਿਆ, ਅਤੇ ਮੈਂ ਉਹਦੇ ਨੂੰ ਵੇਖ ਕੇ ਨਾ, ਮੈਂ ਗੱਲ ਸੁਣ, ਮੇਰੀ ਪਰਸਨੈਲਿਟੀ ਤਾਂ ਕੱਪੜੇ ਵਾਲਾ ਕੰਮ ਮਤਲਬ ਸੂਟ ਨਹੀਂ ਨਾ ਕਰਦਾ, ਲੇਕਿਨ ਅਗਰ ਮੇਰਾ ਦਿਲ ਕਰੇ ਮੈਂ ਤਾਂ ਸਿਗਰਟ ਪੀਂਦਾ ਹੀ ਨਹੀਂ ਨਾ, ਅੱਜ ਤੱਕ ਇੱਕ ਟੋਟਾ ਵੀ ਸਿਗਰਟ ਦਾ ਇਹਨਾਂ ਬੁੱਲੀਆਂ 'ਤੇ ਰੱਖ ਕੇ ਟੇਸਟ ਹੀ ਨਹੀਂ ਚੈੱਕ ਕੀਤਾ ਕਿ ਸਿਗਰਟ ਦਾ ਸਵਾਦ ਕਿਵੇਂ ਦਾ ਹੁੰਦਾ। ਮੈਂ ਅਗਰ ਮੇਰਾ ਦਿਲ ਕਰੇ ਵੀ ਨਾ ਸਿਗਰਟ ਪੀਣ 'ਤੇ, ਅਤੇ ਮੈਂ ਭਾਵੇਂ ਕੰਮ ਕੱਪੜੇ ਦਾ ਕਰਨਾ ਨਾ, ਤੂੰ ਕਹਿੰਦਾ ਨਾ ਤੈਨੂੰ ਸੂਟ ਨਹੀਂ ਕਰਦਾ, ਤੈਨੂੰ ਜੇਬ ਨਹੀਂ ਦਿੰਦਾ, ਅਤੇ ਮੈਂ ਅਗਰ ਮੇਰਾ ਦਿਲ ਕਰੇ ਨਾ ਚਾਕਲੇਟ ਖਾਣ 'ਤੇ, ਬਿਸਕੁਟ ਖਾਣ 'ਤੇ, ਜੂਸ ਪੀਣ 'ਤੇ, ਸਿਗਰਟ ਪੀਣ 'ਤੇ, ਅਤੇ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਦੁਕਾਨ ਤੋਂ ਜਾ ਕੇ ਅਤੇ ਟੋਰ ਨਾਲ ਲੈਣਾ ਅਤੇ ਖਾਣਾ ਪੀਣਾ। ਮੈਂ ਕਿਸੇ ਨੂੰ ਨਹੀਂ ਆਖਣਾ ਕਿ ਯਾਰ ਮੈਨੂੰ ਬੋਤਲ ਪਿਆ ਜਾ, ਯਾਰ ਮੈਨੂੰ ਸਿਗਰਟ ਲਵਾ ਲਓ, ਨਹੀਂ, ਮੈਂ ਖੁਦਦਾਰੀ ਆਪਣੇ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਫਖਰ ਮਹਿਸੂਸ ਕਰਦੇ ਹੋ ਜਿਹੜਾ ਕੰਮ ਕਰਦਾ, ਉਹਨੂੰ ਸਮਝਦੇ ਹੋ ਮਜ਼ਦੂਰ ਆਦਮੀ, ਗਰੀਬ ਆਦਮੀ, ਅਤੇ ਜਿਹੜਾ ਮੇਰਾ ਮਤਲਬ ਫਰਾਡੀਆਂ ਲਾ ਲੈ ਕਿਸੇ ਨੂੰ ਚੂਨਾ ਲਾ ਲਿਆ, ਬੜਾ ਤੇਜ਼ ਹੈ ਬਾਈ, ਉਹ ਬਹੁਤ ਉੱਤਰ ਆਦਮੀ ਸਾਡੇ ਮੁਆਸ਼ਰੇ ਦੀ ਹਕੀਕਤ ਹੈ। ਅੱਛਾ ਮੈਂ ਤੁਹਾਨੂੰ ਗੱਲ ਸੁਣਾਵਾਂ, ਉਂਜ ਕਿਸੇ ਅੱਗੇ ਵੀ ਕੋਈ ਵੀ ਹੱਥ ਜਦੋਂ ਫੈਲਾਉਂਦਾ ਨਾ, ਮਰ ਕੇ ਫੈਲਾਉਂਦਾ। ਕੁਝ ਲੋਕਾਂ ਦੀ ਤਾਂ ਆਦਤ ਹੋ ਜਾਂਦੀ ਹੈ ਨਾ, ਉਹ ਕਾਰੋਬਾਰੀ ਲੋਕ ਹੋ ਜਾਂਦੇ ਨੇ, ਉਹਨਾਂ ਦਾ ਮਤਲਬ ਕਿ ਪੇਸ਼ਾਵਰ ਉਹਨਾਂ ਨੂੰ ਕਹਿ ਲਓ ਤੁਸੀਂ, ਕਿ ਹੱਥ ਫੈਲਾਉਣਾ ਅਤੇ ਭੀਕ ਮੰਗਣਾ ਕਰਨਾ ਨਹੀਂ, ਅੱਡੀ ਹੱਥੀ ਨਹੀਂ ਕੁਝ ਕਰਨਾ। ਅਤੇ ਕੁਝ ਲੋਕ ਹੁੰਦੇ ਨੇ ਜਿਹੜੇ ਖੁਦਦਾਰ ਹੁੰਦੇ ਨੇ, ਜਦੋਂ ਕਿਸੇ ਅੱਗੇ ਹੱਥ ਫੈਲਾਉਂਦੇ ਨੇ ਤਾਂ ਇੱਕ ਵਾਰੀ ਮਰ ਜਾਂਦੇ, ਅੰਦਰੋਂ ਖਤਮ ਹੋ ਜਾਂਦੇ। ਇਹ ਜ਼ਮੀਰ ਅਗਰ ਜ਼ਿੰਦਾ ਹੋਵੇ ਨਾ, ਮਰ ਨਾ ਗਿਆ ਹੋਵੇ, ਤਾਂ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਕਿਸੇ ਅੱਗੇ ਹੱਥ ਫੈਲਾਉਣ ਵੱਲੋਂ ਨਾ, ਜ਼ਮੀਰ ਆਉਂਦਾ ਕਿ ਯਾਰ ਮੈਂ ਉਹਨੂੰ ਕਿਵੇਂ ਕੰਮ ਆਖਾਂ। ਹਕੀਕਤ ਬਾਤ ਜੀ, ਬੰਦੇ ਕੰਮ ਆਖਣ ਤੋਂ ਪਹਿਲਾਂ 100 ਵਾਰੀ ਨਹੀਂ 1000 ਵਾਰੀ ਸੋਚਦੇ ਨੇ, ਯਾਰ ਉਹਨੂੰ ਮੈਂ ਕਿਵੇਂ ਕੰਮ ਆਖਾਂ ਕਿ ਮੈਨੂੰ ਇਹ ਤੇਰੇ ਨਾਲ ਕੰਮ ਹੈ। ਹੈਂ ਅੱਛਾ ਮੈਂ ਉਹ ਤੁਹਾਨੂੰ ਇੱਕ ਆਖਰੀ ਗੱਲ ਸੁਣਾਉਂਦਾ ਜਾਵਾਂ, ਅਗਰ ਤੁਹਾਨੂੰ ਕੋਈ ਬੰਦਾ ਕੰਮ ਆਖੇ, ਅਗਰ ਤੁਹਾਡੇ ਅੱਗੇ ਕੋਈ ਤਲੀ ਫੈਲਾਏ, ਮਰ ਕੇ ਕੋਈ ਕੰਮ ਆਉਂਦਾ ਨਾ, ਸਾਡਾ ਮੁਆਸ਼ਰਾ ਇੰਝ ਦਾ ਕਿ ਅਗਰ ਕੋਈ ਕਿਸੇ ਨੂੰ ਕੰਮ ਆਖੇ ਨਾ, ਉਹਦਾ ਕੰਮ ਕਰਨ ਤੋਂ ਪਹਿਲਾਂ ਪੂਰੇ ਮਹੱਲੇ ਨੂੰ ਸੁਣਾ ਛੱਡਣ ਕਿ ਫਲਾਣਾ ਬੰਦਾ ਮੇਰੇ ਕੋਲ ਕੰਮ ਆਇਆ ਸੀ, ਉਹਦਾ ਕੰਮ ਕਰਾਂ ਕਿ ਨਾ ਕਰਾਂ, ਜਾਂ ਮਤਲਬ ਉਹਨੂੰ ਕੰਮ ਕਰ ਛੱਡਿਆ ਨਾ, ਅਤੇ ਫਿਰ ਤੇਤੀਆਂ ਕੁ ਜੀਆਂ ਨੂੰ ਦੱਸਣਾ ਹੁੰਦਾ ਕਿ ਉਹ ਫਲਾਣੇ ਬੰਦੇ ਨੂੰ ਅਸਲ ਦੇ ਵਿੱਚ ਪੈਸੇ ਦਿੱਤੇ ਨੇ, ਯਾਰ ਪੈਸੇ ਹੈ ਤਾਂ ਸਹੀ ਸਾਨੂੰ ਕੋਲ, ਫਲਾਣੇ ਬੰਦੇ ਦਾ ਕੰਮ ਕਰ ਬੈਠਾ, ਮੇਰੇ ਕੋਲ ਆਇਆ ਸੀ ਅਤੇ ਆਉਂਦਾ ਸੀ ਲੋੜ, ਮੈਂ ਉਹਨੂੰ ਰੁਪਈਏ ਦੇ ਬੈਠਾ, ਲੱਖ ਲਾਣਾ ਤਾਂ ਫਿਰ ਜੇ ਨੇਕੀ ਕਰਨ ਦੇ ਉੱਤੇ। ਜੇ ਉਹ ਹੀ ਬੰਦਾ ਮਰ ਮੁੱਕ ਕੇ ਆ ਕੇ ਤੈਨੂੰ ਕੰਮ ਕਹਿ ਬੈਠਾ, ਹੁਣ ਸਾਰੇ ਮੁਲਕ ਨੂੰ ਸੁਣਾ ਕੇ ਮੈਂ ਉਹਦੇ 'ਤੇ ਨੇਕੀ ਕੀਤੀ। ਅਗਰ ਤੁਹਾਨੂੰ ਅੱਲਾਹ ਦੀ ਜ਼ਾਤ ਨੇ ਨਵਾਜ਼ਿਆ, ਕਿਸੇ ਦੀ ਲੋੜ ਪੂਰੀ ਕਰਦੇ ਹੋ, ਕਰ ਸਕਦੇ ਹੋ, ਅਤੇ ਉਹਨੂੰ ਉਹਦੀ ਜ਼ਰੂਰਤ ਪੂਰੀ ਕਰਕੇ ਤਾਂ ਉਹਨੂੰ ਰੁਸਵਾ ਨਾ ਕਰੋ, ਉਹਨੂੰ ਬੇਇੱਜ਼ਤ ਨਾ ਕਰੋ, ਉਹ ਨੇਕੀ ਕੀਤੀ ਨਾ ਕੀਤੀ ਕੁਝ ਹੀ ਹੋ ਗਈ ਫਿਰ। ਅਗਰ ਤੁਸੀਂ ਕਿਸੇ ਦੀ ਮਦਦ ਕਰੋ,
ਤੇ ਇਸ ਲਿਹਾਜ਼ ਨਾਲ ਨਾ ਕਰੋ ਕਿ ਜਿਹੜਾ ਜ਼ਰੂਰਤਮੰਦ ਉਹਦੀਆਂ ਅੱਖਾਂ ਨੀਵੀਆਂ ਹੋ ਜਾਣ।